ਕਰਤਾਰਪੁਰ ਕੋਰੀਡੋਰ ਤੇ ਕੈਪਟਨ ਦੀ ਗੇਂਦ ਹੁਣ ਕੇਂਦਰ ਦੇ ਖੇਮੇ 'ਚ ਹੈ। ਇਸ ਬਿਆਨ ਤੇ ਬੋਲਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਨੇਤਾ ਬਿਨਾਂ ਤੱਥਾਂ ਤੋਂ ਗੱਲ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਦਕਿ ਸੱਚਾਈ ਕੁਝ ਹੋਰ ਹੈ। ਉਹਨਾਂ ਨੇ ਮੀਡੀਆ ਦੇ ਸਾਹਮਣੇ ਭਾਰਤ ਸਰਕਾਰ ਦਾ ਆਫੀਸ਼ੀਅਲ ਲੈਟਰ ਵੀ ਦਿਖਾਇਆ ਜਿਸ ਵਿੱਚ ਸਾਫ਼ ਤੌਰ ਤੇ ਲਿਖਿਆ ਕਿ ਕੋਰੀਡੋਰ ਦਾ ਕੰਮ ਕਿਸ ਡਿਪਾਰਟਮੈਂਟ ਨੇ ਕਰਨਾ ਹੈ। ਲੈਟਰ ਦੇ ਮੁਤਾਬਕ ਕੋਰੀਡੋਰ ਦਾ ਕੰਮ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਆਫ ਇੰਡੀਆ ਨੇ ਕਰਨਾ ਹੈ, ਪਰ ਅਕਾਲੀ ਦਲ ਦੇ ਨੇਤਾ ਬਿਨਾਂ ਤੱਥਾਂ ਤੋਂ ਬਿਆਨਬਾਜ਼ੀ ਕਰ ਰਹੇ ਨੇ। ਦੱਸ ਦਈਏ ਕਿ ਸੁਨੀਲ ਕੁਮਾਰ ਜਾਖੜ ਦੇ ਵੱਲੋਂ ਭੋਆ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਕਈ ਨਿਰਮਾਣ ਕਾਰਜਾਂ ਦੇ ਉਦਘਾਟਨ ਵੀ ਕੀਤੇ ਗਏ। ਅੱਜ ਜਹਾਂ ਆਪਣੇ ਖੜੇ ਆਪ ਦੇਖ ਰਹੇ ਹੈ, ਪੈਂਟੂਨ ਬ੍ਰਿਜ ਥਾ ਜੋ ਕਿ ਹਰ ਬਰਸਾਤ ਕੇ ਸਮੇਂ ਮੇ ਫਰੀਦਾਨਗਰ ਜਹਾਂ ਆਪਣੇ ਜਿਸ ਗਾਂਵ ਮੇ ਖੜੇ ਹੈ, ਕਰੀਬਨ 40 ਗਾਂਵ ਆਗੇ ਪੜਤੇ ਹੈ ਜਿਨਸੇ ਬਿਲਕੁਲ ਕਟ ਆਫ ਹੋ ਜਾਤਾ ਥਾ, ਜਹਾਂ ਪੇ ਜਾਣੇ ਕਾ ਕੋਈ ਰਸਤਾ ਨਹੀਂ ਥਾ। ਔਰ ਐਸੇ ਹੀ ਪੂਰੇ ਭੋਆ ਹਲਕੇ ਕੇ ਅੰਦਰ, ਯਹ ਅਕੇਲਾ ਯੇ ਫਰੀਦਾਨਗਰ ਕੇ ਅੰਦਰ ਨਲਵਾ ਨਾਲੇ ਕੇ ਉੱਪਰ ਨਹੀਂ, ਬਲਕਿ 5 ਪੁਲੋਂ ਕਾ ਨਿਰਮਾਣ ਕਾਰਯ ਜੋ ਹੈ ਆਲਰੇਡੀ ਅਪਰੂਵ ਹੋ ਚੁੱਕਾ ਹੈ, ਪਾਈਪ ਲਾਈਨ ਮੇ ਉਨਕਾ ਕਾਮ ਹੋ ਰਹਾ ਹੈ। ਔਰ ਇਸੀ ਤਰ੍ਹਾਂ ਅਭੀ ਸਮੇਂ ਨਹੀਂ ਹੈ ਗਿਣਾਣੇ ਕਾ, ਕਿਆ ਹਮ ਕਰ ਰਹੇ ਹੈ ਔਰ ਕਿਆ ਹਮ ਕਰਨੇ ਜਾ ਰਹੇ ਹੈ, ਆਪ ਦੇਖਤੇ ਜਾਈਏ। ਕਿਉਂਕਿ ਅਭੀ ਇਸੀ ਫਰਵਰੀ ਕੇ ਮਹੀਨੇ ਮੇ ਕੈਪਟਨ ਅਮਰਿੰਦਰ ਸਿੰਘ ਜੀ ਕੇ ਸਾਥ ਸਮੇਂ ਤੈਅ ਕਰਕੇ ਇਸ ਇਲਾਕੇ ਕੇ ਅੰਦਰ ਜੋ ਪ੍ਰੋਜੈਕਟਸ ਹਮਾਰੇ ਸੈਂਕਸ਼ਨ ਹੋਏ ਹੈ, ਚਾਹੇ ਵੋ ਮੈਡੀਕਲ ਕਾਲਜ ਕੋ ਲੈ ਕੇ ਹੈ, ਚਾਹੇ ਵੋ ਸ਼ਾਹਪੁਰ ਕੰਡੀ ਡੈਮ ਕਾ ਇਤਨਾ ਬੜਾ ਜੋ ਪ੍ਰੋਜੈਕਟ ਥਾ ਜੋ ਕੈਪਟਨ ਸਾਹਿਬ ਨੇ ਪਰਸਨਲੀ ਪਰਸੂ ਕਰਕੇ ਗਡਕਰੀ ਸਾਹਿਬ ਸੇ 3 ਦਫਾ ਮੁਲਾਕਾਤ ਕੀ, ਔਰ ਆਜ ਜੋ ਆਜ ਸਿਰੇ ਚੜ੍ਹਾ ਔਰ ਜੋ ਮੈਂ ਸਮਝਤਾ ਹੂੰ ਸਾਰੇ ਇਲਾਕੇ ਕੋ ਪੂਰੇ ਦੇਸ਼ ਕੇ ਲੀਏ ਇੱਕ ਸਨਮਾਨ ਕਾ ਮੈਂ ਸਮਝਤਾ ਹੂੰ ਗੌਰਵ ਕੀ ਬਾਤ ਹੈ। ਔਰ ਚਾਹੇ ਦੋਨੋ ਹਮਾਰੀ ਮਿਲਸ ਹੈ, ਪਨਿਆੜ ਮਿਲ ਕੀ ਬਾਤ ਕਰ ਲੀਜੀਏ, ਗੰਨਾ ਮਿਲ ਕੀ ਬਾਤ ਕਰ ਲੀਜੀਏ, ਚਾਹੇ ਬਟਾਲਾ ਮਿਲ ਕੀ ਬਾਤ ਕਰ ਲੀਜੀਏ, ਚਾਹੇ ਸੈਨਿਕ ਸਕੂਲ ਕੀ ਬਾਤ ਕਰ ਲੀਜੀਏ, ਚਾਹੇ ਨਵੋਦਿਆ ਵਿਦਿਆਲਿਆ ਦੀਨਾਨਗਰ ਕੀ ਬਾਤ ਕਰ ਲੀਜੀਏ, ਚਾਹੇ ਰੇਲਵੇ ਓਵਰ ਬ੍ਰਿਜਿਸ ਕੀ ਬਾਤ ਕਰ ਲਈਏ, ਚਾਹੇ ਰੇਲਵੇ ਅੰਡਰ ਪਾਸਿਸ ਕੀ ਬਾਤ ਕਰ ਲਈਏ, ਇਹ ਸਾਰੇ ਲੋਕੋਂ ਕੋ ਜਬ ਜਾਏਂਗੇ ਹਮ ਲੋਕੋਂ ਕੇ ਪਾਸ ਵੋਟ ਕਾਮ ਕਾ ਲੈ ਕੇ ਜਾਏਂਗੇ, ਕਾਮ ਕੋ ਵੋਟ ਦੇਜੀਏ, ਜੁਮਲੋਂ ਕੋ ਵੋਟ ਨਾ ਦੀਜੀਏ, ਜੁਮਲੋਂ ਮੇ ਔਰ ਅਸਲੀਅਤ ਕੇ ਅੰਦਰ ਲੋਕ ਉਸਕੇ ਉੱਪਰ ਫੈਸਲਾ ਦੇਂਗੇ, ਹਮ ਲੋਕੋਂ ਕੀ ਅਦਾਲਤ ਮੇ ਜਾਏਂਗੇ, ਕਿਉਂਕਿ ਹਮਨੇ ਜੋ ਕੁਛ ਕਹਾ ਔਰ ਵੋ ਕੈਪਟਨ ਸਾਹਿਬ ਕੀ ਬਦੌਲਤ ਉਸ ਸਾਰੇ ਹਰੇਕ ਜੋ ਵਾਇਦਾ ਕੀਆ ਥਾ ਉਸਸੇ ਬੜ ਚੜ ਕੇ ਆਗੇ ਕਾਮ ਕੀਆ ਹੈ, ਔਰ ਮੈਂ ਸਮਝਤਾ ਹੂੰ ਮੈਨੇ ਆਪਣੀ ਤਰਫ ਸੇ ਪ੍ਰਯਾਸ ਕੀਆ ਹੈ ਕਿ ਲੋਕੋਂ ਨੇ ਜੋ ਵਿਸ਼ਵਾਸ ਮੁਝਮੇ ਵਿਅਕਤ ਕੀਆ ਥਾ, ਮੁਝੇ ਆਸ਼ੀਰਵਾਦ ਦੀਆ, ਆਪਣਾ ਵੋਟ ਦੇ ਕੇ ਆਪਣੀ ਆਵਾਜ਼ ਬਣਾ ਕੇ ਲੋਕ ਸਭਾ ਕੇ ਅੰਦਰ ਭੇਜਾ, ਉਸ ਤਾਕਤ ਕਾ ਇਸਤੇਮਾਲ ਇਸ ਇਲਾਕੇ ਕੇ ਵਿਕਾਸ ਕੇ ਲਈ ਕੀਆ ਹੈ, ਔਰ ਯੇ ਸਭ ਕੁਛ ਤਭੀ ਸੰਭਵ ਹੋ ਸਕਾ ਜਬ ਕੈਪਟਨ ਸਾਹਿਬ ਕੀ ਤਰਫ ਸੇ ਹਮੇ ਪੂਰਾ ਉਨਕਾ ਸਹਿਯੋਗ ਮਿਲਾ ਔਰ ਉਨਕਾ। ਪ੍ਰਧਾਨ ਮੰਤਰੀ ਮੋਦੀ ਕੀ ਔਰ ਸੇ ਰੈਲੀ ਕੀ ਸ਼ੁਰੂਆਤ ਜੋ ਹੈ 2019 ਕੀ ਜੋ ਚੁਣਾਵੀ ਰੈਲੀਆਂ ਉਹਨਾਂ ਨੇ ਸ਼ੋ ਕਰਨੀ ਹੈ, ਉਸਕੀ ਸ਼ੁਰੂਆਤ ਗੁਰਦਾਸਪੁਰ ਸੇ ਕੀ ਹੈ। ਜਬ ਸਵਾਲ ਆਪਸੇ ਇਹੀ ਪੁੱਛਾ ਜਾਤਾ ਥਾ ਕਿ ਪੂਰੀ ਭਾਜਪਾ ਜੋ ਹੈ ਵੋ ਆਪਕੇ ਵਿਰੋਧ ਮੇ ਯਹਾਂ ਪਰ ਗੁਰਦਾਸਪੁਰ ਮੇ ਇਕੱਠੀ ਹੋ ਰਹੀ ਹੈ, ਤੋ ਆਪਨੇ ਯਹੀ ਕਹਾ ਥਾ ਕਿ ਕਾਮ ਬੋਲੇਂਗੇ ਜਨਾਬ, ਜ਼ਮੀਨ ਪਰ ਲੋਕੋਂ ਕੋ ਕਿਆ ਦਿੱਕਤ ਹੈ ਵੋ ਬੋਲੇਗਾ। मैं दो बातें कहूंगा कि अगर ये शुरुआत थी भाजपा के राष्ट्रीय इलेक्शन उस मुहिम की, तो ये तो गाड़ी चलने से पहले पटरी से उतर गई। वेल बिगन इज हाफ डन, अंग्रेजी की कहावत है, ये तो वेल बिगन ही नहीं हुआ साहब। अगर यहीं फ्यूज उड़ गए आज तक साहब, अभी तो यही तय नहीं हो पाया। कल मैं गुरदासपुर में था तो कई लोग चंदा आके मिले कि हमारी अभी तक पेमेंट नहीं हुई, क्योंकि जो रैली हुई वहाँ पे भाजपा की जिसमें माननीय प्रधानमंत्री आए, अभी तक उसकी पेमेंट लोगों की नहीं हुई, क्योंकि अभी फैसला हो रहा है कि जिसको टिकट मिलेगी वो दे, मैं क्यों दूँ। वहाँ पे ऐसे हालात बने हुए हैं, तो वो रैली जहाँ पे लोगों की आशाओं के ऊपर पानी फेर के चले गए माननीय प्रधानमंत्री नरेंद्र मोदी जी, तो अगर भाजपा और नरेंद्र मोदी जी लोगों की आशाओं के ऊपर पानी फेर सकते हैं, तो देश की जनता भी उनकी आशाओं के ऊपर पानी फेरेगी साहब। और उनको ऐसा जुमले बार बार चलते नहीं, काठ की हांडी बार बार चढ़ती नहीं, मोदी साहब की काठ की हांडी 2014 में चढ़ गई, इस दफ़ा लोग उसके ऊपर जो लोगों की गुस्से की आंच है उससे भाजपा की हांडी जरूर जलेगी। लवप्रीत सिंह दी स्पेशल रिपोर्ट दे नाल, ब्यूरो रिपोर्ट द टीवी NRI।